एक गल देखो साफ तौर पंजाब के इंटरेस्ट के जी कट्टर इमानदारी जमात असी इन सवाल करते हाँ कि तुसी दोहरे मापदंड रखे ने पहले विजय जिहड़ा सिंगला सी उहदी ऑडियो आई भगवंत मान ने अपने घर सद्या उन्हूं यह गल कही कि मैं ऑडियो सुनाई उन्हें इस गल नूं मन लिया 1% कमीशन मैं मंगदा सी अपने घरों विजिलेंस नूं गिरफ्तार करके जेल च कर हुण असीं यही अज स्पीकर साहब नूं गल कही कि दोहरे मापदंड क्यों अज 20 दिन हो चुके ने 10 सितंबर वाले दिन एक ऑडियो रिलीज हुई जिहड़ा OST फौजा सिंह सरारी दा करदा वो कपूर उन्होंने ना है उन्होंने की कि असी एक पेशकश बना रहे सी एक प्लान बना रहे सी जिहदे विच पुलिस भी शामिल सी कि जिहड़ा इन्हां दा हलका है उत्थों जिहड़ी कैरेज हुंदी है गोदामां दे विचों जिहड़ा माल कैरेज होना है कि उत्थे कुछ लोग चोरी का माल कढ रहे ने बाहर उन्हां दे कोलों फरौती हासिल करनी है इन्हां सो कहा कि किस्सा करी इन्हां कहा जी कि जदों अद्धे ट्रक भर जाणगे उदों जाके मौके ते फड़ी फिर बाकियां नूं सद्दांगे ते तकरीबन सौदे विच जो इन्हां दा OST कहिंदा कि तकरीबन 2.5 करोड़ रुपया इनवॉल्व असीं पुछे अज स्पीकर साहब नूं कि इत्थे भगवंत सिंह मान क्यों नहीं आए तुसीं कल ते अजे शहीद आजम भगत सिंह ते उत्थे जा के आए हो ਤੁਸੀਂ ਉਹਨਾਂ ਦੇ ਕਹਿੰਦੇ ਅਸੀਂ ਉਹਨਾਂ ਦੀ ਅਸੀਂ ਕੱਟੜ ਇਮਾਨਦਾਰ ਅਸੀਂ ਉਹਨਾਂ ਦੀ ਆਈਡੀਓਲੋਜੀ ਨੂੰ ਇੰਡੋਰਸ ਕਰਨੇ ਤੁਸੀਂ ਉਹਨਾਂ ਦੀ ਆਈਡੀਓਲੋਜੀ ਨੂੰ ਇੰਡੋਰਸ ਕਰਦੇ ਹੋ ਜੇ ਤੁਸੀਂ ਇੰਡੋਰਸ ਕਰਨ ਵਾਲੇ ਹੁੰਦੇ ਤਾਂ 1 ਮਿੰਟ ਵੀ ਫੌਜਾ ਸਿੰਘ ਸਰਾਰੀ ਉੱਥੇ ਨਹੀਂ ਸੀ ਹੋਣਾ ਚਾਹੀਦਾ ਜਦੋਂ ਇਹਨਾਂ ਨੂੰ ਇਹ ਗੱਲ ਸਮਝ ਆ ਗਈ ਕਿ ਓਪੋਜੀਸ਼ਨ ਨੇ ਮੁੱਦਾ ਉਠਾਉਣਾ ਤੁਹਾਨੂੰ ਯਾਦ ਹੈ ਅਸੀਂ ਆਲਰੇਡੀ ਇਹ ਗੱਲ ਕਹੀ ਸੀ ਕਿ ਫੌਜਾ ਸਿੰਘ ਸਰਾਰੀ ਦਾ ਮੁੱਦਾ ਆਉਣਾ ਭਗਵੰਤ ਮਾਨ ਨਾਲ ਕੱਲ੍ਹ ਘਿਓ ਖਿਚੜੀ ਸੀ ਕੰਨਾਂ ਦੇ ਵਿੱਚ ਗੱਲਾਂ ਕਰ ਰਿਹਾ ਸੀ ਜਦੋਂ ਸਵਾਲ ਕੀਤਾ ਤੇ ਫਿਰ ਇਹ ਗੱਲ ਕਹਿਤੀ ਹੁਸੈਨੀ ਵਾਲੇ ਕਹਿੰਦੀ ਅਸੀਂ ਇੰਟਰਨਲ ਇਹਨੂੰ ਨੋਟਿਸ ਕਰ ਲਿਆ ਮਿਨਿਸਟਰ ਪੰਜਾਬ ਦਾ ਹੋਏ ਫਰੌਤੀ ਲੈ ਰਿਹਾ ਹੋਏ ਤੇ ਤੁਸੀਂ ਮੈਨੂੰ ਦੱਸੋ ਇੰਟਰਨਲ ਮੈਟਰ ਰਹਿ ਜਾਂਦੀ ਸੋ ਸਾਡੀ ਡਿਮਾਂਡ ਹੈ ਕਾਂਗਰਸ ਪਾਰਟੀ ਦੀ ਸਾਰਿਆਂ ਨੂੰ ਪਹਿਲੇ ਇਹਨੂੰ ਬਰਖਾਸਤ ਕੀਤਾ ਜਾਏ ਇਹਦੇ 'ਤੇ FIR ਦਰਜ ਕੀਤੀ ਜਾਏ ਫੌਜਾ ਸਿੰਘ 'ਤੇ ਇਹਦੀ ਗ੍ਰਿਫਤਾਰੀ ਕੀਤੀ ਜਾਏ ਇਹਨੂੰ ਜੇਲ੍ਹ 'ਚ ਘੱਲਿਆ ਜਾਏ ਦੋਹਰੇ ਮਾਪਦੰਡ ਨਹੀਂ ਹੋ ਸਕਦਾ ਸੇਮ ਜੋ ਇਹਨਾਂ ਨੇ ਵਿਜੇ ਸਿੰਗਲਾ ਜੀ ਨਾਲ ਕੀਤਾ ਉਹੀ ਕੰਮ ਫੌਜਾ ਸਿੰਘ ਸਰਾਰੀ ਨਾਲ ਹੋਣਾ ਚਾਹੀਦਾ ਇਹਦੀ ਇੰਸ਼ੋਰੈਂਸ ਕਿਉਂਕਿ ਇਸ ਟਾਈਮ ਭਗਵੰਤ ਮਾਨ ਇੰਸ਼ੋਰੈਂਸ ਦੇਣ ਨੂੰ ਗਵਰਨਮੈਂਟ ਇੰਸ਼ੋਰੈਂਸ ਦੇਣ ਨੂੰ ਤਿਆਰ ਨਹੀਂ ਸੀ ਇਹ ਟਾਈਮ ਕੱਢਣਾ ਚਾਹੁੰਦੀ ਲੋਕਾਂ ਦਾ ਬੇਵਕੂ ਬਣਾਉਣਾ ਚਾਹੁੰਦੀ ਹੈ ਇਸ ਗੱਲ ਕਰ ਅਸੀਂ ਸਾਰਿਆਂ ਨੇ ਤਗੜੇ ਹੋ ਕੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਦੇ ਹੋਏ ਇਹ ਜਿਹੜੀ ਕਹਿੰਦੀ ਸੀ ਅਸੀਂ ਕੱਟੜ ਇਮਾਨਦਾਰੀ ਜਮਾਤ ਦਾ ਅਸੀਂ ਬਦਲਾਵ ਲੈ ਕੇ ਆਉਣਾ ਕੱਲ੍ਹ ਹੀ ਜਾ ਕੇ ਉੱਥੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਮੱਥਾ ਟੇਕ ਕੇ ਵੱਡੀਆਂ ਵੱਡੀਆਂ ਗੱਲਾਂ ਕਰਕੇ ਆਏ ਨੇ ਜਿਹੜੀ ਕੋਈ ਵੀ ਇੱਕ ਗੱਲ ਇਹੋ ਜਿਹੀ ਸੱਚ ਨਹੀਂ ਤੁਹਾਨੂੰ ਪਤਾ ਹੀ ਹੈ ਜੋ ਅਸੀਂ ਰੋਜ਼ ਤੁਹਾਡੇ ਨੋਟਿਸ ਲੈ ਕੇ ਆ ਰਹੇ ਸੋ ਅਸੀਂ ਆਪਣਾ ਉੱਥੇ ਵਾਕਆਊਟ ਕੀਤਾ ਆਪਣਾ ਰੋਸ ਦਰਜ ਕਰਾਇਆ ਤੇ ਟਿਕਾ ਕੇ ਜਿੰਨਾ ਚਿਰ ਫੌਜਾ ਸਿੰਘ ਸਰਾਰੀ ਨੂੰ ਕੈਬਨਿਟ ਚੋਂ ਕੱਢਦੇ ਨੇ ਇਹਦੇ ਤੇ FIR ਦਰਜ ਹੁੰਦੀ ਨਹੀਂ ਇਹਨੂੰ ਜੇਲ੍ਹ 'ਚ ਕਰਦੇ ਨੇ ਇਹ ਸਾਡਾ ਸੰਘਰਸ਼ ਜਾਰੀ ਉਹ ਕਹਿੰਦੇ ਕਿ ਓਪੋਜੀਸ਼ਨ ਜਾਣ ਬੁੱਝ ਕੇ ਵਾਕਆਊਟ ਕਰ ਰਹੀ ਹੈ ਸਾਡੇ ਇੱਥੇ ਬੈਠੇ ਔਰ ਜਾ ਕੇ ਅਸੀਂ ਜੋ ਸਵਾਲ ਕਰਾਂਗੇ ਤੁਸੀਂ ਮੈਨੂੰ ਦੱਸੋ ਇਸ ਤੋਂ ਵੱਡੀ ਗੱਲ ਕੀ ਸਰਾਰੀ ਨੇ ਖੁਦ ਆਪਣੀ ਆਡੀਓ ਖੁਦ ਕਬੂਲੀ ਹੈ ਕਿ ਮੈਂ ਨਹੀਂ ਜਦੋਂ ਖੁਦ ਕਬੂਲੀ ਹੈ ਤਾਂ ਮੈਂ ਵੇਖੋ ਇਹ ਗੱਲ ਹਾਊਸ ਵੀ ਕਹੀ ਸੀ ਕਿ ਜਿਹੜੇ ਜੇਲ੍ਹਾਂ 'ਚ ਬੈਠੇ ਹੋਏ ਲੋਕ ਫਰੌਤੀਆਂ ਮੰਗਦੇ ਨੇ ਵੱਡੇ ਗੈਂਗਸਟਰਸ ਤੇ ਫੌਜਾ ਸਿੰਘ ਸਰਾਰੀ ਦਾ ਫਿਰ ਫਰਕ ਹੀ ਰਹਿ ਗਿਆ ਕ੍ਰਾਈਮ ਇਜ਼ ਦੀ ਸੇਮ ਹੀ ਇਜ਼ ਡੂਇੰਗ ਅ ਸਿਮਿਲਰ ਐਕਟ ਉਹ ਕਹਿੰਦੇ ਅੰਦਰ ਬੈਠ ਕੇ ਬਹਿਸ ਕਰੋ ਬਹਿਸ ਅਸੀਂ ਕਰਨ ਨੂੰ ਤਿਆਰ ਹਾਂ ਇਹਨੂੰ ਬਾਹਰ ਕੱਢੋ ਬਹਿਸ ਸ਼ੁਰੂ ਕਰ ਲਓ ਇਹਨਾਂ ਨੂੰ ਕੈਬਨਿਟ ਦੇ ਵਿੱਚੋਂ ਬਾਹਰ ਦਾ ਰਸਤਾ ਵਿਖਾਓ ਇਹਨਾਂ ਤੇ ਕੇਸ ਰਜਿਸਟਰ ਕਰੋ ਇਹਨਾਂ ਜੇਲ੍ਹ 'ਚ ਕੱਲੋ ਕੱਲ੍ਹ ਹੀ ਬਹਿ ਜਾਂਦੇ ਅੱਜ ਹੀ ਬਹਿ ਜਾਂਦੇ ਅੱਜ ਹੀ ਅਨਾਊਂਸਮੈਂਟ ਕਰੋ ਕਿ ਅਸੀਂ ਫੌਜਾ ਸਿੰਘ ਗ੍ਰਿਫਤਾਰ ਕਰ ਲਿਆ ਇਹਨੂੰ ਕੈਬਨਿਟ 'ਚੋਂ ਬਾਹਰ ਕੱਢ ਦਿੱਤਾ ਅੱਜ ਹੀ ਅਸੀਂ ਬਹਿ ਤਿਆਰ ਠੀਕ ਹੈ